ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ ਟੀ ਵੀ ਪੰਜਾਬੀ। ਮੈਂ ਹਾਂ ਕਰਨ ਹਾਂਡਾ। ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਹੈ ਜੋ ਕਿ ਆਮ ਲੋਕਾਂ ਦੇ ਵਿੱਚ ਚਿੰਤਾ ਵੀ ਪੈਦਾ ਕਰ ਸਕਦੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਮਾਮਲਾ ਜੁੜਿਆ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੈਂਡੇਟਰੀ ਕਰੋਨਾ ਟੈਸਟ ਕਰਾਉਣ ਦੇ ਨਾਲ। ਜੀ ਹਾਂ, ਜਦੋਂ ਕਰੋਨਾ ਟੈਸਟ ਕਰਵਾਉਣ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਬਾਇਓਟੈਕਨੋਲੋਜੀ ਇਨਕਿਊਬੇਟਰ ਲੈਬੋਰਟਰੀ ਦੇ ਵਿੱਚ ਗਏ, ਜੋ ਕਿ ਇੱਕ ਸਰਕਾਰੀ ਲੈਬੋਰਟਰੀ ਹੈ, ਤਾਂ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ। ਇਹ ਰਿਪੋਰਟ ਆਈ ਉਹਨਾਂ ਦੀ 26 ਤਰੀਕ ਨੂੰ, ਯਾਨੀ ਕਿ 26 ਫਰਵਰੀ ਨੂੰ ਸੁਖਜਿੰਦਰ ਸਿੰਘ ਰੰਧਾਵਾ ਪੋਜ਼ਿਟਿਵ ਆ ਗਏ ਇੱਕ ਸਰਕਾਰੀ ਲੈਬੋਰਟਰੀ ਤੋਂ। ਇਸ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋਈ ਤਾਂ ਉਹ ਇੱਕ ਪ੍ਰਾਈਵੇਟ ਲੈਬੋਰਟਰੀ ਦੇ ਵਿੱਚ ਗਏ ਅਤੇ ਉੱਥੇ ਉਹਨਾਂ ਨੇ ਟੈਸਟ ਕਰਵਾਇਆ, ਤਾਂ ਉਹਨਾਂ ਦੀ ਰਿਪੋਰਟ 27 ਤਰੀਕ ਨੂੰ ਜਿਹੜੀ ਹੈ ਨੈਗੇਟਿਵ ਆ ਗਈ। ਇਸ ਤੋਂ ਬਾਅਦ ਉਹਨਾਂ ਦੀ ਚਿੰਤਾ ਹੋਰ ਵਧੀ, ਤਾਂ ਉਹ ਭੱਜਦੇ ਨੱਠਦੇ PGI ਪਹੁੰਚੇ, ਜਿੱਥੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣਾ ਕਰੋਨਾ ਟੈਸਟ ਕਰਵਾਇਆ ਅਤੇ ਉਹਨਾਂ ਦੀ ਰਿਪੋਰਟ ਇੱਕ ਵਾਰ ਮੁੜ ਤੋਂ 27 ਤਰੀਕ ਨੂੰ ਹੀ, 27 ਫਰਵਰੀ ਨੂੰ ਹੀ ਨੈਗੇਟਿਵ ਆ ਗਈ। ਸੋ ਦੇਖੋ ਕਿ ਕਿਸ ਤਰ੍ਹਾਂ 2-3 ਦਿਨ ਦੇ ਵਿੱਚ ਹੀ ਸਰਕਾਰੀ ਲੈਬੋਰਟਰੀ ਪੋਜ਼ਿਟਿਵ ਰਿਪੋਰਟ ਕੱਢਦੀ ਹੈ, ਨੈਗੇਟਿਵ ਰਿਪੋਰਟ ਆਉਂਦੀ ਹੈ ਇੱਕ ਪ੍ਰਾਈਵੇਟ ਲੈਬੋਰਟਰੀ ਤੋਂ, ਉਸ ਤੋਂ ਬਾਅਦ PGI ਵੀ ਸੁਖਜਿੰਦਰ ਸਿੰਘ ਰੰਧਾਵਾ ਦੀ ਕਰੋਨਾ ਰਿਪੋਰਟ ਨੈਗੇਟਿਵ ਕੱਢਦਾ। ਸੋ ਇਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਇਹ ਦੱਸਿਆ ਕਿ ਮੈਂ ਕਾਫੀ ਖੁਦ ਪਰੇਸ਼ਾਨ ਹੋਇਆ ਜਦੋਂ ਇਸ ਤਰ੍ਹਾਂ ਰਿਪੋਰਟਾਂ ਦੇ ਵਿੱਚ ਫਰਕ ਆਇਆ। ਮੈਨੂੰ ਕਾਰਨ ਤਾਂ ਨਹੀਂ ਹਾਲੇ ਤੱਕ ਪਤਾ ਵੀ ਕਿਉਂ ਇਸ ਤਰ੍ਹਾਂ ਹੋਇਆ, ਪਰ ਮੈਂ ਚਿੰਤਿਤ ਜ਼ਰੂਰ ਹਾਂ। ਸੋ ਤੁਸੀਂ ਦਿਓ ਹੁਣ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੇ ਅੱਡ ਅੱਡ ਕਰੋਨਾ ਟੈਸਟਾਂ ਦੇ ਵਿੱਚ ਅੱਡ ਅੱਡ ਰਿਪੋਰਟ ਆ ਸਕਦੀ ਹੈ, ਤਾਂ ਕੀ ਹੁਣ ਪੰਜਾਬ ਦੇ ਵੀ ਹਰ ਸ਼ਖਸ ਨੂੰ 3-3 ਕਰੋਨਾ ਟੈਸਟ ਕਰਾਉਣੇ ਪੈਣਗੇ? ਕੀ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਹੁਣ ਜਿੰਨੀ ਸੰਖਿਆ ਪਹਿਲਾਂ ਕਰੋਨਾ ਮਰੀਜ਼ਾਂ ਦੀ ਦੱਸੀ ਗਈ ਸੀ, ਕੀ ਉਹਨਾਂ ਦੀ ਰਿਪੋਰਟਾਂ ਸਹੀ ਸੀ, ਜਾਂ ਫਿਰ ਉਹ ਵੀ ਅੰਕੜੇ ਇਸੇ ਤਰ੍ਹਾਂ ਗੋਲਮੋਲ ਹੋਏ ਹੋਏ ਸੀ? ਸੋ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰੋ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਨੇ ਕਰੋਨਾ ਦੇ ਚੱਲਦਿਆਂ ਪੰਜਾਬ ਦੇ ਲੋਕਾਂ ਵਾਸਤੇ, ਭਾਰਤ ਦੇ ਲੋਕਾਂ ਵਾਸਤੇ ਸਹੀ ਸਿਹਤ ਪ੍ਰਬੰਧ ਕੀਤੇ ਨੇ? ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਵਾਸਤੇ ਇਸੇ ਤਰ੍ਹਾਂ ਜੁੜੇ ਰਹੋ ਲਿਬਰਲ TV ਪੰਜਾਬੀ ਦੇ ਨਾਲ, ਲੋਕਾਂ ਦੀ ਆਵਾਜ਼ ਲੋਕਾਂ ਲਈ।